ਇੱਕ ਪਾਸੇ ਜਿੱਥੇ ਰੇਲਵੇ ਭਾਗ ਨੇ ਕਰੋਨਾ ਦੇ ਖਿਲਾਫ ਕਈ ਕਦਮ ਉਠਾਏ ਨੇ ਆਈਸੋਲੇਸ਼ਨ ਵਾਰਡ ਬਣਾਏ ਨੇ ਪਾਰਸਲ ਗੱਡੀਆਂ ਨੂੰ ਚਲਾਇਆ ਹੈ ਉੱਥੇ ਹੀ ਰੇਲਵੇ ਦੇ ਮੁਲਾਜ਼ਮ ਵੀ ਨਿੱਜੀ ਤੌਰ ਤੇ ਕਰੋਨਾ ਦੇ ਖਿਲਾਫ ਜੰਗ ਛੇੜੇ ਹੋਏ ਨੇ ਰੇਲਵੇ ਵਿੱਚ ਟ੍ਰੈਫਿਕ ਕੰਟਰੋਲ ਵਿਭਾਗ ਵਿੱਚ ਤਾਇਨਾਤ ਇੱਕ ਇੰਸਪੈਕਟਰ ਆਪਣੇ 77 ਵਰਿਆਂ ਦੀ ਮਾਤਾ ਦੇ ਨਾਲ ਖੁਦ ਸਲਾਈ ਮਸ਼ੀਨ ਚਲਾ ਕੇ ਮਾਸਕ ਬਣਾ ਰਹੇ ਨੇ ਪੂਰੇ ਵਿਸ਼ਵ ਵਿੱਚ ਇਸ ਸਮੇਂ ਕਰੋਨਾ ਦੀ ਮਹਾਂਮਾਰੀ ਆਪਣੇ ਚਰਮ ਤੇ ਹੈ ਦੇਸ਼ ਵਿੱਚ ਹਜ਼ਾਰਾਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਈਆਂ ਦੀ ਮੌਤ ਹੋ ਚੁੱਕੀ ਹੈ ਅਜਿਹੇ ਸਮੇਂ ਵਿੱਚ ਦੇਸ਼ ਦੇ ਕਈ ਹੱਥ ਮਦਦ ਦੇ ਲਈ ਅੱਗੇ ਵਧੇ ਨੇ ਅਜਿਹੇ ਵਿੱਚ ਇਹ ਪਰਿਵਾਰ ਵੀ ਆਮ ਲੋਕਾਂ ਦੇ ਲਈ ਮਾਸਕ ਬਣਾਉਣ ਦੀ ਸੇਵਾ ਨਿਭਾ ਰਿਹਾ ਹੈ

और ये तो आजकल ज़रूरी है महामारी के लिए इसीलिए हम अब बैठे बैठे घर में भी बैठे हैं बाहर नहीं निकलते थे अब तो यही काम करनी थी चलो हम हमने भी बोला अच्छा चलो ठीक है हम करेंगे ये काम ये तो ठीक काम है लोगों को भी आराम पहुंचेगा और हम भी हमें हमारा मन भी अच्छा रहेगा इससे दूसरों के हेल्प के लिए ये ਰੇਲਵੇ ਵਿੱਚ ਟ੍ਰੈਫਿਕ ਇੰਸਪੈਕਟਰ ਦੇ ਅਧਿਅਰਤ ਤਨਾਤ ਸਮੀਰ ਨੇ ਦੇਖਿਆ ਕਿ ਬਜ਼ਾਰਾਂ 'ਚ ਮਾਸਕ ਦੀ ਕਮੀ ਹੋ ਰਹੀ ਹੈ ਤਰਨ ਨੇ ਮਾਸਕ ਬਣਾਉਣ ਦੀ ਠਾਨੀ ਅਦੇ ਆਪਣੀ ਮਾਤਾ ਦੇ ਨਾਲ ਮਿਲ ਕੇ ਮਾਸਕ ਬਣਾਣੇ ਸ਼ੁਰੂ ਕਰ ਦਿੱਤੇ ਹੁਣ ਤੱਕ 250 ਦੇ ਕਰੀਬ ਮਾਸਕ ਉਹ ਬਣਾ ਕੇ ਵੰਡ ਚੁੱਕੇ ਨੇ ਅਤੇ ਰੋਜ਼ਾਨਾ 30 ਤੋਂ 40 ਮਾਸਕ ਬਣਾ ਕੇ ਆਪਣੇ ਸਹਿਯੋਗੀਆਂ ਨੂੰ ਵੀ ਦੇ ਚੁੱਕੇ ਹਨ ਅਤੇ ਪ੍ਰੇਖ ਵਿੱਚ ਹੀ ਅਜਿਹਾ ਕਰਦੇ ਰਹਿਣਗੇ ਇਹ ਦਾਵਾ ਕਰ ਰਹੇ ਹਨ ਜੈਸੇ ਇਹ ਲੋਕਡਾਊਨ ਸ਼ੁਰੂ ਹੋ ਗਿਆ ਮਾਸਕ ਵਗਰਾ ਕੀ ਕਾਫੀ ਕਿਲਤ ਹੋ ਗਈ ਬਾਹਰ ਮਿਲ ਨਹੀਂ ਰਹੇ تھے तो मैंने सोचा क्यों ना हम घर में बनाएं और सभी साथियों को दे दें या कोई ज़रूरतमंद हो उसको भी वितरित कर दें दिन में करीब हम तीस चालीस बनाते हैं अभी हमने यहाँ आसपास में करीब दो ढाई सौ बांटे हैं अभी और भी बनाएंगे आगे भी बनाते रहेंगे रेलवे विभाग भी इसमें काफ़ी प्रोत्साहन दे रहा है हमें हमारे डायरेक्टर साहब हैं सीनियर डिवीज़न मैनेजर हैं वो भी काफ़ी इनक्रेज करते हैं डिवीज़न में हमारे काफ़ी साथी हैं एस एस गुराया हैं डिवीजनल मैनेजर हमारे अमृतसर के हैं वो भी सारे इसमें लगे हुए अपनी तरफ से अभी वो कर रहे हैं ਸਾਰੇ ਡਿਵੀਜ਼ਨ ਮੈਂ ਹਮੇਂ ਐਨਕਰੇਜ ਕੀਤਾ ਜਾ ਰਹਾ ਹੈ ਸਭ ਕੁਝ ਨੂੰ ਕੁਛ ਲੈਵਲ ਤੇ ਕਰ ਰਹੇ ਹਨ ਉਧਰ ਰੇਲਵੇ ਵਿਭਾਗ ਨੂੰ ਵੀ ਆਪਣੇ ਮੁਲਾਜ਼ਮ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਤੇ ਮਾਨ ਹੈ ਅਤੇ ਹੋਰਾਂ ਨੂੰ ਵੀ ਅਜਾਹ ਕਰਨ ਦੀ ਅਪੀਲ ਕਰ ਰਹੇ ਹਨ ਰੇਲਵੇ ਦੇ ਲਈ ਇਹ ਗਰਵ ਦੀ ਗੱਲ ਹੈ ਕਿ ਨਾ ਸਿਰਫ ਆਪਣੀ ਡਿਊਟੀ ਦੇ ਰਹੇ ਨਹੀਂ ਬਲਕਿ ਬਾਕੀ ਬਚੇ ਸਮੇਂ ਵਿੱਚ ਵੀ ਦੇਸ਼ ਦੇ ਲਈ ਸੋਚ ਰਹੇ ਨੇ ਅਤੇ ਲੋਕਾਂ ਦੇ ਲਈ ਵੀ ਮਾਸਕ ਬਣਾ ਰਹੇ ਨੇ ਦੇਖਿਏ ਰੇਲਵੇ ਕੇ ਲਈ ਇਹ ਬਹੁਤ ਹੀ ਗਰਵ ਕੀ ਬਾਤ ਹੈ ਭਾਰਤੀ ਰੇਲ ਕੇ ਲਈ ਕਿ ਹਮਾਰੇ ਜੋ ਸਟਾਫ ਹੈ वो ना सिर्फ अपनी ड्यूटी अच्छे से निभा रहे हैं ड्यूटी से बाहर भी वो देश के बारे में सोच के देश के हित के लिए कार्य कर रहे हैं इस कोविड 19 की महामारी से खिलाफ लड़ने के लिए इसके अलावा भारतीय रेल का उनको पूरा प्रोत्साहन है हम लोग उन्हें इनक्रेज करते हैं कि वो इन एक्टिविटीज़ में जितना हो सके पार्टिसिपेट करें अपनी फैमिली को भी इन्वॉल्व करें ਉਹ ਇਹ ਐਸੀ ਲੜਾਈ ਹੈ ਜਿਸ ਵਿੱਚ ਹਮ ਸਭ ਕੋ ਇਕਜੁੱਟ ਹੋ ਕੇ ਇਸੇ ਲੜਨਾ ਹੋਗਾ ਔਰ ਇਸਮੇ ਕੋਈ ਵੀ ਕੋਤਾਹੀ ਨਹੀਂ ਕਰ ਸਕਤੇ ਹਮ ਹਾਲਾਂਕਿ ਰੇਲਵੇ ਆਪਣੇ ਬਾਕੀ ਦੇ ਮੁਲਾਜ਼ਮਾਂ ਨੂੰ ਵੀ ਪ੍ਰੋਤਸਾਹਿਤ ਕਰ ਰਿਹਾ ਹੈ ਕਿ ਆਪਣੇ ਆਪਣੇ ਖਾਲੀ ਸਮੇਂ ਵਿੱਚ ਇਸ ਕੋਵਿਡ 19 ਵਰਗੀ ਮਹਾਮਾਰੀ ਦੇ ਲਈ ਸਭ ਨੂੰ ਮਿਲ ਕੇ ਆਪਣਾ ਸਹਿਯੋਗ ਦੇਣ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ